ਕੱਲ ਵੀ ਇੱਕ ਬ੍ਰੈਂਡ ਤੇ ਤੂੰ ਅੱਧੀ ਸਿੱਸੀ ਲਾ ਕੇ ਖਾ ਗਿਆ। ਡੰਗਰ ਜੇ ਨਾ ਹੋਵੇ। ਆ ਹੁਣੇ ਮੇਰੀ ਜਾਨ ਨਿਕਲ ਚੱਲੀ ਸੀ। ਤੁਸੀਂ ਵੀ ਬਾਥਰੂਮ ਜਾਣਾ। ਹਾਂਜੀ ਮੈਂ ਵੀ ਜਾਣਾ। ਜੇ ਤੁਸੀਂ ਜਾਣਾ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਪ੍ਰੈਸ਼ਰ ਤੇ ਬੜੇ ਬਟ ਆਈ ਕੈਨ ਕੰਟਰੋਲ। ਉਹ ਤੁਸੀਂ ਵੱਡੇ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਉਹ ਮੈਂ ਬਾਅਦ ਚੱਲ ਜਾਣਾ। ਨਹੀਂ ਨਹੀਂ ਤੁਸੀਂ ਜਾਓ। ਜਾਓ ਜਾਓ। ਪੱਕੀ ਗੱਲ? ਹਾਂ। ਜਾ। ਜਿੰਦਰ ਭਾਈ ਅੱਖਾਂ ਲੱਦੇ ਹੀ ਇਹ ਐਲਬਮ ਪੂਰੀ ਹੋ ਗਈ ਤੇ ਬਾਹਰ ਆ ਜਾ ਇਹਦੀ ਐਲਬਮ ਇਨੀ ਛੇਤੀ ਪੂਰੀ ਨਹੀਂ ਹੁੰਦੀ ਹੁੰਦੀ ਇਹ ਰੀਟੇਕ ਬਹੁਤ ਲੈਂਦਾ ਇਨਸਾਨ ਚ ਸਬਰ ਵੀ ਹੁੰਦਾ ਇਨਸਾਨ ਚ ਸ਼ਰਮ ਵੀ ਹੁੰਦੀ ਆ ਕਮਰੇ ਦਾ ਕਿਰਾਇਆ ਰਹਿਣ ਦੇ ਆਂਦਾ ਤੂੰ ਮੇਰੇ ਨਾਲ ਤਇਅ ਕਰ ਮੰਥਲੀ ਕਿਹ ਦੇਣੀ ਕੀ ਆ ਪਿਆਰੀਆਂ ਗੱਲਾਂ ਕਰਦੇ ਹੋ ਚੌਧਰੀ ਸਾਹਿਬ ਕਿੱਸਾ ਤੁਹਾਡਾ ਕੋਣੀ ਅਰਗਾ ਮੂੰਹ ਹੈ ਨਹੀਂ ਸਮਝੇ ਇਹਦੇ ਵਰਗਾ ਇਹ ਇਤਿਆਦ ਕਰੀਦੀ ਹੁੰਦੀ ਏ ਜਿੰਦੇ 2400 ਚਲੇ ਗਏ ਉਹ ਇੱਥੇ ਭਾਈ ਸਿਕੰਦਰ ਵਰਗੇ ਚਲੇ ਗਏ ਚੌਧਰੀ ਕੀ ਚੀਜ਼ ਚੌਧਰੀ ਬੜੀ ਕੁੱਤੀ ਚੀਜ਼ ਏ ਉਹ ਨਹੀਂ ਜਾਂਦਾ ਛੇਤੀ ਐ ਪੰਜਾਬ ਪੈਸੇ ਕਿਵੇਂ ਭੇਜਣੇ ਨੇ ਭਾਜੀ ਮਨੀ ਟ੍ਰਾਂਸਫਰ ਵਾਲੀ ਕੋਈ ਜਾਣੀ ਹੁੰਦੀ ਆ ਪਾਸਪੋਰਟ ਨਾਲ ਲੈ ਕੇ ਜਾਇਓ ਪਾਸਪੋਰਟ ਮੈਂ ਘਰ ਫੜਾ ਕੇ ਉਹਨੇ ਨੇ ਇੱਥੋਂ ਭੇਜਣੇ ਨੇ ਪੈਸੇ ਉਹ ਭਾਜੀ ਆਈਡੀ ਚਾਹੀਦੀ ਹੁੰਦੀ ਏ ਲੇਕਿਨ ਮੇਰਾ ਪਾਸਪੋਰਟ ਤਾਂ ਖਾਨ ਸਾਹਿਬ ਕੋਲੇ ਪੋਣੇ ਕਿੰਨੇ ਤੁਸੀਂ ਇਹ ਦੱਸੋ ਮੈਂ 20 ਪਾਉਂਡ ਸਾਰੇ ਪਾਉਂਡ ਹਾਂ ਸਾਰੇ ਪਾਉਂਡ ਭਾਜੀ ਰਕਮ ਜ਼ਿਆਦਾ ਹੁੰਦੀ ਤੁਹਾਡੇ ਕੋਲ ਨਾਲ ਗਨਮੈਨ ਰੱਖਿਆ ਕਰੋ ਚਲਾਉਣੀ ਸਿੱਖ ਲਾ ਤੈਨੂੰ ਰੱਖ ਲਾਂਗਾ ਖੱਚ ਜੀ ਨਾ ਹੋਏ ਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਉਹ ਦਰਅਸਲ ਨਾ ਘਰ 35 3600 ਦੀ ਜ਼ਰੂਰਤ ਸੀ ਭਾਜੀ 20 ਤੇ ਉੱਥੇ ਪੀਸੀ ਲੱਗ ਜਾਣੀ ਕੋਈ 100 200 ਤੇ ਪਾਓ ਐ ਹੁਣ ਕਿੱਥੇ ਪਾਣੇ ਨੇ ਇਹ ਤੇ ਹਲੇ ਵੀਰ ਜੇਬ ਚੀ ਪਾਲਾ ਉਹ ਬੂਟੇ ਓਏ ਉਹ ਕਮਰਾਨ ਨੂੰ ਮਿਲਣ ਜਾਣਾ ਸੀ ਤੋ ਜੇ ਤਿਆਰ ਹੀ ਨਹੀਂ ਹੋਇਆ ਉਹ ਤਿਆਰ ਮੈਂ ਕਿਹੜੇ ਕੋਈ ਵਾਲ ਗਿੱਲੇ ਕਰਕੇ ਛਿੱਟੇ ਪਾਣੇ ਉਹਨਾਂ ਤੇ ਮੇਰਾ ਪੁੱਤਰ ਫੇਰ ਵੀ ਟਾਕੀ ਟੁੱਕੀ ਤੇ ਫੇਰ ਨਹੀਂ ਹੈ ਨਾ ਭਾਈ ਦੁਆ ਕਰਨਾ ਹਾਂ ਦੁਆ ਕਰਨਾ ਤਾਂ ਪ੍ਰੇਸ਼ਨ ਆ ਜਾ ਆ ਜਾ ਜਾ ਇੱਕ ਮਿੰਟ ਠਹਿਰ ਜਾ ਯਾਰ ਮੈਂ ਤਾਂ ਕਹਿੰਦਾ ਵਾਪਸ ਚਲੀਏ ਉਹ ਇੰਨਾ ਟੁਰ ਕੇ ਫੇਰ ਵਾਪਸ ਚਲੀਏ ਫੇਰ ਕਹਿੰਦਾ ਬੂਟਾ ਗਾਲਾਂ ਕੱਢਦਾ ਯਾਰ ਪਤਾ ਕੀ ਅੰਦਰ ਜਾ ਕੇ ਵੀ ਜ਼ਲੀਲ ਹੀ ਹੋਣਾ ਕਿਉਂ ਜ਼ਲੀਲ ਕਰ ਤੋਂ ਹੋਣਾ ਅੰਦਰ ਜਾਵਾਂਗੇ ਅਗਰ ਕਾਮਰਾਨ ਨੇ ਪੁੱਛ ਲਿਆ ਕੌਣ ਹੈ ਮੈਂ ਤਾਂ ਕਹਿੰਦਾ ਮੇਰਾ ਯਾਰ ਹੈ ਹਾਂ ਤੇ ਉਹਨੂੰ ਪਤਾ ਅੱਗੋ ਕੀ ਕਹਿਣਾ ਕੀ ਕਹਿਣਾ ਇਹ ਸ਼ਕਲੋਂ ਚੋਰ ਲੱਗਦਾ ਤੇ ਬਰੇਦ ਯਾਰ ਤੂੰ ਬਾਦ ਨਹੀਂ ਆਣਾ ਗੱਲ ਕਹਿਣ ਤੋਂ ਹੈ ਲਾਹੌਰ ਦੇ ਵਿੱਚ ਪੂਰੇ ਜਦੂ ਤਮਾ ਦਿੱਤਾ ਕਿ ਸ਼ਕਲਾਂ ਚੋਰ ਲੱਗਦਾ ਸ਼ਕਲਾਂ ਚੋਰ ਲੱਗਦਾ ਮੇਰੇ ਆਪਣੇ ਬੱਚੇ ਖਡਾਉਣੇ ਲਗਾਣ ਲੱਗ ਪੈਂਦੇ ਕਿ ਅੱਬਾ ਆ ਗਿਆ ਚੋਰੀ ਨਾ ਕਰ ਲੈ ਕਿਤੇ ਮੈਂ ਆਪਣਾ ਪਰਸ ਕੱਢ ਕੇ 50 ਦਫਾ ਵੇਖਦਾ ਇਹਦੇ ਜੋ ਮੈਂ ਤੇ ਨਹੀਂ ਕਿਤੇ ਚੋਰੀ ਕਰ ਲਈ ਗੱਲ ਸੁਣ ਯੂਪੀ ਜੀ ਤੂੰ ਮੈਨੂੰ ਚੋਰ ਨਹੀਂ ਕਹਿਣਾ ਯਾਰ ਮੈਂ ਬਾਗਲਾ ਤੈਨੂੰ ਚੋਰ ਕਹਾਂ ਤੂੰ ਮੇਰਾ ਯਾਰ ਏ ਮੈਂ ਕਿਉਂ ਚੋਰ ਕਵਾਂਗਾ ਮੈਂ ਤੈਨੂੰ ਚੋਰ ਕਹਿ ਸਕਦਾ ਸਾਰੀ ਜ਼ਿੰਦਗੀ ਸ਼ਰਾਫਤ ਨਾਲ گزارੀ ਏ ਤੂੰ ਚੋਰ ਹੈ ਹੀ ਨਹੀਂ ਹਾਂ ਕੌਣ ਕਹੇਗਾ ਤੈਨੂੰ ਚੋਰ ਤੂੰ ਚੋਰ ਲੱਗਦਾ ਏ ਤੈਨੂੰ ਜਿਹੜਾ ਤੇ ਚੋਰ ਕਹਿੰਦਾ ਲੱਤਾਂ ਨਾ ਵੜਦੇ ਤੂੰ ਬੋਲਣ ਬੱਸ ਮੈਂ ਵਾਪਸ ਚਲਾ ਇੱਕ ਮਿੰਟ ਯਾਰ ਇੱਕ ਮਿੰਟ ਤੂੰ ਮੇਰਾ ਭਰਾ ਹੈ ਅੱਜ ਤੋਂ ਬਾਅਦ ਤੈਨੂੰ ਚੋਰ ਨਹੀਂ ਕਹਾਂਗਾ ਆ ਜਾ ਓਕੇ ਅੱਛਾ ਮੇਰੀ ਗੱਲ ਸੁਣ ਕਿ ਕਾਫੀ ਚੀਜ਼ਾਂ ਪਈਆਂ ਕੋਈ ਚੁੱਕ ਨਾ ਲਈ ਯਾ ਤੂੰ ਕੁੜੀ ਲੱਭਣ ਆਇਆ ਤੂੰ ਇੱਥੇ ਆ ਬੁੱਤ ਵੇਖੀ ਜਾਣ ਨੇ ਪੁੱਤਰ ਡਿਜ਼ਾਈਨ ਤੇ ਚੈੱਕ ਕਰ ਲਈਏ ਨਾ ਕੋਈ ਲੰਮੀ ਜੀ ਵੇਖ ਲੈ ਫਿਰ ਤੁਹਾਡੇ ਘਰ ਇੱਕ ਵੀ ਨਹੀਂ ਹੈਗੀ ਬਕਵਾਸ ਨਾ ਕਰ ਆਇਦ ਕਮਰਨ ਹਾਂਜੀ ਕਮਰਨ ਅਸਲਾਮੁਅਲੈਕ ਚਾਚਾ ਜੀ ਵਾਲੇਕੁਮ ਸਲਾਮ ਪਛਾਣੇ ਨਹੀਂ ਪਹਿਲੀ ਵਾਰੀ ਮਿਲੇ ਆ ਕਿਸੇ ਰਿਛਾਨ ਸਕਦੇ ਮੈਂ ਵਸੀਮ ਦਾ ਪੁੱਤ ਆ ਪਾਕਿਸਤਾਨ ਤੋਂ ਉਹ ਕਿਸਰਾ ਹੋ ਸਕਦਾ ਤੇਰੀ ਉਮਰ ਦਾ ਤੇ ਆਪ ਲੱਗਦਾ ਅਸਲ ਤੇ ਚਾਚਾ ਜੀ ਉਹਨਾਂ ਦਾ ਵਿਆਹ ਛੋਟੀ ਉਮਰ ਚ ਹੋ ਗਿਆ ਸੀ ਉਹ ਕਿੰਨੀ ਛੋਟੀ ਉਮਰ ਚ ਹੋ ਗਈ ਸੀ ਸ਼ਾਦੀ ਜਿਸ ਦਿਨ ਉਹਨਾਂ ਦਾ ਵਿਆਹ ਸੀ ਨਾ ਸੇਬੇ ਵਾਲਾ ਬੰਦੇ ਨੇ ਚਲਾਇਆ ਹਾਂਜੀ ਮੈਂ ਉੱਥੇ ਫਿਰ ਰਿਹਾ ਸੀ ਮੈਨੂੰ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਮੈਂ ਕਿਹਾ ਮੈਂ ਤੁਹਾਡੇ ਘਰ ਹੋਣ ਹੈ ਕਮਾਲ ਕਰਦੇ ਚਾਚਾ ਜੀ ਤੁਸੀਂ ਮਜ਼ਾਕ ਕਰਨ ਬਾਕੀ ਆਉਂਦੇ ਅੱਛਾ ਚਲੋ ਛੱਡੋ ਆਓ ਕੀ ਲੈਣਾ ਜੀ ਇੱਕ ਪੱਕੀ ਕੁੜੀ ਦੇ ਦਿਓ ਹੈ ਜੇ ਪੱਕੀ ਨਹੀਂ ਆ ਤਾਂ ਕੱਚੀਆਂ ਦੋ ਕਰ ਲਓ ਇਹ ਕੌਣ ਹੈ ਇਹ ਮੇਰਾ ਦੋਸਤ ਹੈ ਜੀ ਸ਼ਕਲਾਂ ਤੋਂ ਚੋਰ ਲੱਗਦਾ ਇਹਨੂੰ ਤੂੰ ਦੱਸਿਆ ਨਾ ਹਾਂ ਮੈਂ ਚੋਰ ਹਾਂ ਚੋਰ ਹਾਂ ਮੈਂ ਤੂੰ ਚੋਰ ਨਹੀਂ ਐ ਰੱਖਦੇ